ਜਦੋਂ ਜੱਜ ਨੇ ਦੁਬਈ ਦੇ ਸ਼ੇਖ ਦੀ ਐਕਸ ਵਾਈਫ ਨੂੰ ਪੁੱਛਿਆ ਕਿ ਉਹਨਾਂ ਨੂੰ ਦੁਬਈ ਦੇ ਸ਼ਾਹੀ ਮਹਿਲ ਦੇ ਵਿੱਚ ਕੀ-ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਤੇ ਜਿਹੜਾ ਜਵਾਬ ਉਸਨੇ ਕੋਰਟ ਦੇ ਵਿੱਚ ਦਿੱਤਾ ਉਸ ਨੂੰ ਸੁਣ ਕੇ ਸਾਰਿਆਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ। ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਸ ਇਨਸਾਨ ਨੇ ਆਪਣੇ ਪੂਰੇ ਸ਼ਹਿਰ ਨੂੰ ਹੀ ਇੰਨਾ ਐਸ਼ੋ ਆਰਾਮ ਵਾਲਾ ਬਣਾ ਦਿੱਤਾ ਹੋਵੇ ਉਸ ਦੀ ਨਿੱਜੀ ਜ਼ਿੰਦਗੀ ਕਿੰਨੀ ਸ਼ਾਨਦਾਰ ਹੋਵੇਗੀ। ਇਸ ਗੱਲ ਦਾ ਅੰਦਾਜ਼ਾ ਲਗਾਉਣਾ ਜ਼ਿਆਦਾ ਮੁਸ਼ਕਲ ਨਹੀਂ ਹੈ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਦੁਬਈ ਦੇ ਅਮੀਰ ਸ਼ੇਖ ਜਾਂ ਕਹੀਏ ਦੁਬਈ ਦੇ ਰਾਜੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਦੂਮ ਦੀ। ਇਹ ਦੁਬਈ ਦੇ ਬਾਦਸ਼ਾਹ ਹੋਣ ਦੇ ਨਾਲ ਨਾਲ ਪੂਰੇ ਯੂਨਾਈਟਿਡ ਅਰਬ ਐਮੀਰੇਟਸ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ। ਇਹਨਾਂ ਦੇ ਕੋਲ ਇੰਨੀ ਜ਼ਿਆਦਾ ਦੌਲਤ ਹੈ ਕਿ ਜੇਕਰ ਉਹ ਸਾਰੀ ਦੌਲਤ ਨੂੰ 1000 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਵੇ ਤੇ ਉਸ 1000 ਹਿੱਸੇ ਦੇ ਵਿੱਚੋਂ ਵੀ ਇੱਕ ਹਿੱਸਾ ਕੱਢ ਕੇ ਖਰਚ ਕੀਤਾ ਜਾਵੇ ਤਾਂ ਵੀ ਹੈਰਾਨੀਜਨਕ ਤੌਰ ਤੇ ਉਸ ਦੇ ਵਿੱਚੋਂ ਇੱਕ ਟੈਸਲਾ ਰੋਡਸਟਰ, ਇੱਕ ਰਾਇਲਸ ਰਾਇਲ ਫੈਂਟਮ, ਦੋ ਲੈਂਡ ਕਰੂਜ਼ਰ 300 SUV ਸੀਰੀਜ਼ ਤੇ ਪਾਮ ਜੁਮੇਰਾ ਤੇ ਆਲੀਸ਼ਾਨ ਬੀਚ ਖਰੀਦਿਆ ਜਾ ਸਕਦਾ ਹੈ। CEO ਵਰਲਡ ਮੈਗਜ਼ੀਨ ਬਿਜ਼ਨਸ ਇਨਸਾਈਡਰ ਦੀ ਇੱਕ ਰਿਪੋਰਟ ਦੇ ਅਨੁਸਾਰ ਦੁਬਈ ਦੇ ਸ਼ੇਖ 4 ਅਰਬ US ਡਾਲਰ ਦੇ ਮਾਲਕ ਹਨ। ਇਹ ਤਾਂ ਇੱਕ ਆਫੀਸ਼ੀਅਲ ਅੰਦਾਜ਼ਾ ਹੈ ਪਰ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਸਾਰੀ ਚੱਲ ਤੇ ਅਚਲ ਜਾਇਦਾਦ ਇਹਨਾਂ ਸਭ ਨੂੰ ਮਿਲਾਇਆ ਜਾਵੇ ਤਾਂ ਦੁਬਈ ਦਾ ਸ਼ੇਖ 13.9 ਬਿਲੀਅਨ US ਡਾਲਰ ਦਾ ਮਾਲਕ ਹੈ। ਭਾਰਤੀ ਕਰੰਸੀ ਦੇ ਵਿੱਚ ਗੱਲ ਕਰੀਏ ਤਾਂ ਇਹ ਬਣਦੀ ਹੈ 1084 ਅਰਬ ਰੁਪਏ। ਇਹ ਤਾਂ ਫਿਰ ਜ਼ਾਹਰ ਹੀ ਹੈ ਜੇਕਰ ਕਿਸੇ ਕੋਲ ਇੰਨੀ ਵੱਡੀ ਰਕਮ ਹੈ ਤਾਂ ਉਸ ਦੇ ਖਰਚੇ ਵੀ ਇਸ ਦੇ ਲੈਵਲ ਦੇ ਹੋਣਗੇ। ਸ਼ੇਖ ਮੁਹੰਮਦ ਦੀ ਜੇਕਰ ਕਾਰ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਭਰ ਦੀਆਂ ਸਭ ਤੋਂ ਮਹਿੰਗੀਆਂ ਗੱਡੀਆਂ ਇਹਨਾਂ ਦੇ ਕੋਲ ਹਨ, ਜਿਸ ਦੇ ਵਿੱਚ ਰਾਇਲਸ ਰਾਇਲ ਫੈਂਟਮ, ਰਾਇਲਸ ਰਾਇਲ ਗੋਸਟ, ਬਗਾਟੀ ਵੈਗਨ, ਪਿਕਾਸੋ ਨੂ ਡੈਵਲ 16 ਸ਼ਾਮਲ ਹਨ। ਪਰ ਜ਼ਿਆਦਾਤਰ ਇਹਨਾਂ ਨੂੰ ਮਰਸੀਡੀਜ਼ G63 ਦੇ ਵਿੱਚ ਹੀ ਦੇਖਿਆ ਜਾਂਦਾ ਹੈ। ਇਹ ਕਾਰ ਸ਼ੇਖ ਦੀ ਸਭ ਤੋਂ ਫੇਵਰਟ ਕਾਰ ਹੈ। ਇਹਨਾਂ ਦੀ ਹਰ ਇੱਕ ਕਾਰ ਦਾ ਨੰਬਰ ਦੁਬਈ 01 ਹੈ, ਜਿਹੜਾ ਕਿ ਦੁਬਈ ਦਾ ਸਭ ਤੋਂ VIP ਨੰਬਰ ਕਹਾਉਂਦਾ ਹੈ। ਇਸ ਨੂੰ ਦੁਬਈ ਦੇ ਸ਼ੇਖ ਤੋਂ ਬਿਨਾਂ ਹੋਰ ਕੋਈ ਵੀ ਖਰੀਦ ਨਹੀਂ ਸਕਦਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਨੰਬਰ ਦੀ ਕੀਮਤ ਇਹਨਾਂ ਦੀ ਗੱਡੀਆਂ ਤੋਂ ਵੀ ਕਿਤੇ ਜ਼ਿਆਦਾ ਹੈ। ਹਾਂਜੀ, ਇਹ ਬਿਲਕੁਲ ਸੱਚ ਹੈ, ਸ਼ੇਖ ਦੀ ਸਭ ਤੋਂ ਮਹਿੰਗੀ ਗੱਡੀ ਨਿਊ 16 ਡੈਵਲ ਦੀ ਕੀਮਤ $2.2 ਮਿਲੀਅਨ ਹੈ, ਜਦਕਿ ਦੁਬਈ ਦੇ 01 ਨੰਬਰ ਦੀ ਕੀਮਤ ਇਸ ਗੱਡੀ ਦੇ ਨਾਲੋਂ ਵੀ 10 ਗੁਣਾ ਜ਼ਿਆਦਾ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਦੁਬਈ ਦੇ ਹੀ ਇੱਕ ਅਰਬਪਤੀ ਲੜਕੇ ਅਬੂ ਸਾਬਾ ਨੇ ਆਪਣੀ ਕਾਰ ਦੇ ਲਈ ਦੁਬਈ 5 ਨੰਬਰ ਖਰੀਦਿਆ ਸੀ $9 ਮਿਲੀਅਨ ਦੇ ਵਿੱਚ, ਜਦਕਿ ਉਸ ਦੀ ਕਾਰ ਦੀ ਕੀਮਤ $8 ਲੱਖ ਸੀ। ਦੁਬਈ ਦੇ ਵਿੱਚ VIP ਨੰਬਰ ਪਲੇਟ ਦੀ ਕੀਮਤ ਉਦੋਂ ਵੱਧਦੀ ਹੈ ਜਦੋਂ ਨੰਬਰ ਜਿੰਨਾ ਛੋਟਾ ਹੁੰਦਾ ਜਾਂਦਾ ਹੈ। ਅਬੂ ਸਾਬਾ ਨੇ ਦੁਬਈ 5 ਨੰਬਰ $90 ਲੱਖ ਯਾਨੀ ਕਿ ਇੰਡੀਆ ਦੇ ₹70 ਕਰੋੜ ਦੇ ਵਿੱਚ ਖਰੀਦਿਆ ਸੀ। ਹੁਣ ਤੁਸੀਂ ਆਪ ਹੀ ਸੋਚੋ ਕਿ ਦੁਬਈ ਦੇ ਸ਼ੇਖ ਦੀ ਗੱਡੀ ਦਾ ਨੰਬਰ ਦੁਬਈ 01 ਹੈ ਤਾਂ ਇਸ ਦੀ ਕੀਮਤ ਕਿੰਨੀ ਹੋਵੇਗੀ। ਗੱਡੀਆਂ ਤੋਂ ਹਟ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਦੂਮ ਦੁਬਈ ਦੇ ਜਬੀਲ ਪੈਲਸ ਦੇ ਵਿੱਚ ਰਹਿੰਦੇ ਹਨ। ਇਹ 150 ਏਕੜ ਦਾ ਖੇਤਰ ਵੱਡੇ ਅਤੇ ਛੋਟੇ ਮਹਿਲਾਂ ਦੇ ਨਾਲ ਭਰਿਆ ਹੋਇਆ ਹੈ। ਇੰਨੇ ਵੱਡੇ ਏਰੀਏ ਦੇ ਵਿੱਚ ਉਸਾਰੇ ਗਏ ਵੱਡੇ ਵੱਡੇ ਮਹਿਲਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਹੋਵੇਗਾ ਕਿ ਸ਼ੇਖ ਦੀ ਸਾਰੀ ਫੈਮਿਲੀ ਹੀ ਇੱਥੇ ਰਹਿੰਦੀ ਹੋਵੇਗੀ, ਜਦਕਿ ਅਜਿਹਾ ਨਹੀਂ ਹੈ। ਜਬੀਲ ਪੈਲਸ ਦੇ ਬਿਲਕੁਲ ਸਾਹਮਣੇ 100 ਏਕੜ ਦੇ ਵਿੱਚ ਮੌਜੂਦ ਹੈ ਪ੍ਰਿੰਸ ਪੈਲਸ। ਇਹ ਸਿਰਫ ਇਹਨਾਂ ਦੇ ਬੇਟੇ ਦੁਬਈ ਦੇ ਕਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਲ ਅਲ ਰਾਸ਼ਿਦ ਮਖਦੂਮ ਦੇ ਲਈ ਬਣਾਇਆ ਹੋਇਆ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। 6 ਵਿਆਹ ਕਰਵਾਉਣ ਵਾਲੇ ਅਤੇ 26 ਬੱਚਿਆਂ ਦੇ ਪਿਤਾ ਦੁਬਈ ਦੇ ਸ਼ੇਖ ਆਪਣੇ ਪਰਿਵਾਰ ਨੂੰ ਸਿਰਫ ਇਹ 2 ਮਹਿਲਾਂ ਦੇ ਵਿੱਚ ਹੀ ਨਹੀਂ ਰੱਖਦੇ। ਦੁਬਈ ਦੇ ਵਿੱਚ 2 ਆਲੀਸ਼ਾਨ ਪ੍ਰਾਈਵੇਟ ਆਈਲੈਂਡ ਵੀ ਸ਼ੇਖ ਮੁਹੰਮਦ ਦੇ ਕੋਲ ਹਨ। ਇੱਕ ਪ੍ਰਾਈਵੇਟ ਆਈਲੈਂਡ ਜੁਮੇਰਾ ਬੀਚ ਦੇ ਕੋਲ ਹੈ ਜਿਸ ਦੇ ਵਿੱਚ ਛੋਟੇ ਵੱਡੇ 17 ਵਿਲਾ ਹਨ ਤੇ ਇਸ ਦੇ ਵਿੱਚ ਇੱਕ ਸ਼ਾਨਦਾਰ ਪੈਲਸ ਵੀ ਬਣਿਆ ਹੋਇਆ ਹੈ ਤੇ ਇਹਨਾਂ ਦਾ ਦੂਜਾ ਆਈਲੈਂਡ ਪਾਮ ਜੁਮੇਰਾ ਬੀਚ ਦੇ ਦੂਸਰੀ ਸਾਈਡ ਹੈ ਜਿਸ ਦੇ ਵਿੱਚ ਪ੍ਰਾਈਵੇਟ ਬੀਚ, 2 ਪੈਲਸ ਅਤੇ ਹਰੇ ਭਰੇ ਬਗੀਚੇ ਮੌਜੂਦ ਹਨ। ਜੇਕਰ ਇਸ ਤੋਂ ਜ਼ਿਆਦਾ ਕੁਝ ਹੋਰ ਕਰਨ ਦਾ ਮਨ ਹੋਵੇ ਤਾਂ ਹਰੇਕ ਆਈਲੈਂਡ ਤੇ ਇੱਕ ਪ੍ਰਾਈਵੇਟ ਯਾਟ ਵੀ ਹੁੰਦੀ ਹੈ। ਸਿਰਫ 1-2 ਨਹੀਂ, ਇਹਨਾਂ ਆਈਲੈਂਡ ਤੇ 4-5 ਪ੍ਰਾਈਵੇਟ ਯਾਟ ਪਾਰਕ ਹੁੰਦੀਆਂ ਹਨ। ਇਹਨਾਂ ਸਾਰੀਆਂ ਯਾਟ ਤੋਂ ਇਲਾਵਾ ਦੁਬਈ ਦੇ ਸ਼ੇਖ ਕੋਲ ਇੱਕ ਸੁਪਰ ਯਾਟ ਵੀ ਹੈ ਜਿਸ ਨੂੰ ਆਫੀਸ਼ੀਅਲੀ ਦੁਬਈ ਯਾਟ ਦਾ ਨਾਮ ਦਿੱਤਾ ਗਿਆ ਹੈ। $400 ਮਿਲੀਅਨ ਜਾਂ ਕਹੀਏ ₹3320 ਕਰੋੜ ਦੇ ਵਿੱਚ ਤਿਆਰ ਕੀਤੀ ਗਈ ਇਹ ਯਾਟ ਸਭ ਤੋਂ ਆਲੀਸ਼ਾਨ ਯਾਟ ਮੰਨੀ ਜਾਂਦੀ ਹੈ ਪੂਰੀ ਦੁਨੀਆ ਦੀ। ਦੁਬਈ ਦੇ ਲੋਕ ਇਸ ਯਾਟ ਨੂੰ ਪਿਆਰ ਦੇ ਨਾਲ ਫਲੋਟਿੰਗ ਬੁਰਜ ਅਲ ਅਰਬ ਵੀ ਕਹਿੰਦੇ ਹਨ। 531 ਫੁੱਟ ਲੰਬੀ ਅਤੇ 8 ਫਲੋਰ ਉੱਚੀ ਇਹ ਯਾਟ ਵਿੱਚ 50 ਸਵੀਟਸ, ਇੱਕ ਡਿਸਕੋ ਅਤੇ ਇੱਕ ਸ਼ਾਹੀ ਸਵਿਮਿੰਗ ਪੂਲ ਵੀ ਮੌਜੂਦ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਯਾਟ ਦੇ ਅੰਦਰ ਇੱਕ ਪਣਡੁੱਬੀ ਜਾਂ ਆਪਾਂ ਕਹੀਏ ਸਬਮਰੀਨ ਵੀ ਮੌਜੂਦ ਹੈ। ਇਸ ਦੇ ਨਾਲ ਸਮੁੰਦਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਪਾਣੀ ਦੇ ਥੱਲੇ ਜਾ ਕੇ ਦੇਖ ਸਕਦੇ ਹੋ। ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਦੌਲਤ ਦਾ ਜਾਲ ਸਿਰਫ ਦੁਬਈ ਤੱਕ ਹੀ ਸੀਮਤ ਨਹੀਂ ਹੈ। ਦੀ ਗਾਰਡੀਅਨ ਦੀ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਦੁਬਈ ਦੇ ਸ਼ੇਖ ਦੀ ਦੌਲਤ ਦਾ ਇੱਕ ਬਹੁਤ ਵੱਡਾ ਹਿੱਸਾ ਲੰਡਨ ਅਤੇ ਸਕਾਟਲੈਂਡ ਦੇ ਵਿੱਚ ਵੀ ਮੌਜੂਦ ਹੈ। ਇੱਕ ਅੰਦਾਜ਼ੇ ਦੇ ਮੁਤਾਬਕ ਪੂਰੇ ਲੰਡਨ ਦੇ ਵਿੱਚ 1 ਲੱਖ ਏਕੜ ਦੀ ਜ਼ਮੀਨ ਦੇ ਮਾਲਕ ਦੁਬਈ ਦੇ ਸ਼ੇਖ ਹਨ। ਇਹ ਪੂਰੀ ਤਰ੍ਹਾਂ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਇਹਨਾਂ ਦੀ ਕੁੱਲ ਪ੍ਰਾਪਰਟੀ ਕਿੰਨੀ ਹੈ, ਕਿਉਂਕਿ ਇਹਨਾਂ ਨੇ ਆਪਣੀ ਜ਼ਿਆਦਾਤਰ ਪ੍ਰਾਪਰਟੀ ਥਰਡ ਪਾਰਟੀ ਦੇ ਨਾਮ ਤੇ ਹੀ ਖਰੀਦੀ ਹੋਈ ਹੈ। ਇਹ ਕੰਪਨੀਆਂ ਟੈਕਸ ਫ੍ਰੀ ਦੇਸ਼ਾਂ ਦੇ ਵਿੱਚ ਰਜਿਸਟਰਡ ਹਨ ਜਿਸ ਦੇ ਕਾਰਨ ਇਹਨਾਂ ਨੂੰ ਜ਼ਿਆਦਾ ਟੈਕਸ ਨਹੀਂ ਦੇਣਾ ਪੈਂਦਾ। ਇਹਨਾਂ ਦੀ ਲੰਡਨ ਦੀ ਸੰਪਤੀ ਦੇ ਵਿੱਚ ਇੱਕ 63,000 ਏਕੜ ਦੇ ਵਿੱਚ ਫੈਲਿਆ ਹੋਇਆ ਕੰਟਰੀ ਹਾਊਸ ਵੀ ਹੈ ਜਿਸ ਦੇ ਵਿੱਚ 58 ਬੈਡਰੂਮ, 3 ਹੈਲੀਪੈਡ ਤੇ 16 ਬੈਡਰੂਮ ਦਾ ਇੱਕ ਹੰਟਿੰਗ ਲੌਜ ਵੀ ਮੌਜੂਦ ਹੈ। ਇਸ ਤੋਂ ਬਿਨਾਂ ਸ਼ੇਖ ਨੇ 2019 ਦੇ ਵਿੱਚ ਇੰਗਲੈਂਡ ਦੇ ਇੱਕ ਪਿੰਡ ਡਲਹਿਮ ਦੇ ਵਿੱਚ $45 ਮਿਲੀਅਨ ਦੇ ਵਿੱਚ ਵੀ ਇੱਕ ਪ੍ਰਾਪਰਟੀ ਖਰੀਦੀ ਸੀ ਤੇ ਇਸ ਨੂੰ ਖਰੀਦਣ ਦਾ ਉਦੇਸ਼ ਇਹਨਾਂ ਦਾ ਇੱਥੇ ਸਿਰਫ ਘੋੜਿਆਂ ਦਾ ਅਸਤਬਲ ਬਣਾਉਣਾ ਸੀ, ਕਿਉਂਕਿ ਇੱਥੋਂ ਘੋੜਿਆਂ ਦੀ ਰੇਸ ਦਾ ਇੱਕ ਫੇਮਸ ਰੇਸ ਟ੍ਰੈਕ ਸਿਰਫ ਕੁਝ ਹੀ ਦੂਰੀ ਤੇ ਹੈ। ਜੇਕਰ
ਮਿਲੀਅਨ ਡਾਲਰ ਦੇ ਵਿੱਚ ਖਰੀਦਿਆ ਹੈ। ਉਹਨਾਂ ਨੂੰ ਸਿਰਫ ਰੇਸ ਦੇ ਵਿੱਚ ਘੋੜੇ ਭਜਾਉਣ ਦਾ ਸ਼ੌਂਕ ਨਹੀਂ ਬਲਕਿ ਉਹਨਾਂ ਨੇ ਇੱਕ ਅਜਿਹੀ ਕੰਪਨੀ ਵੀ ਬਣਾ ਰੱਖੀ ਹੈ ਜਿਹੜੀ ਵਧੀਆ ਨਸਲ ਦੇ ਘੋੜਿਆਂ ਦੀ ਬਰੀਡਿੰਗ ਕਰਾਉਂਦੀ ਹੈ। ਇਹ ਕੋਈ ਇਕੱਲਾ ਬਿਜ਼ਨਸ ਨਹੀਂ ਹੈ ਜਿਹੜਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੇ ਨਾਂ ਹੋਵੇ। ਦੁਬਈ ਦੇ ਵਿੱਚ ਜਿੰਨੇ ਵੀ ਤਕਰੀਬਨ ਬਿਜ਼ਨਸ ਚੱਲਦੇ ਹਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਜ਼ਰੂਰ ਨਜ਼ਰ ਆ ਜਾਵੇਗਾ। ਇਮੀਰੇਟਸ ਏਅਰਲਾਈਨ ਤੋਂ ਲੈ ਕੇ ਰੀਅਲ ਸਟੇਟ ਅਤੇ ਕੰਸਟਰਕਸ਼ਨ ਕੰਪਨੀਆਂ ਵਰਗੇ ਵੱਡੇ ਅਰਬਾਂ ਡਾਲਰਾਂ ਦਾ ਬਿਜ਼ਨਸ ਘੁੰਮ ਘੁਮਾ ਕੇ ਸ਼ੇਖ ਦੇ ਕੋਲ ਹੀ ਜਾਂਦਾ ਹੈ। ਵੈਸੇ ਜੇਕਰ ਸੋਚਿਆ ਜਾਵੇ ਜਦੋਂ ਇਮੀਰੇਟਸ ਹੀ ਇਹਨਾਂ ਦੀ ਆਪਣੀ ਹੈ ਤਾਂ ਇਹਨਾਂ ਨੂੰ ਕਿਸੇ ਪ੍ਰਾਈਵੇਟ ਪਲੇਨ ਦੀ ਲੋੜ ਹੀ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਸ਼ੇਖ ਦੇ ਕੋਲ ਦੋ ਫੁੱਲੀ ਕਸਟਮਾਈਜ਼ ਬੋਇੰਗ 747 ਮੌਜੂਦ ਹਨ। ਇਹਨਾਂ ਦੇ ਵਿੱਚੋਂ ਹਰ ਇੱਕ ਜਹਾਜ਼ ਦੀ ਕੀਮਤ 418 ਮਿਲੀਅਨ ਡਾਲਰ ਹੈ ਜਿਹੜੀ ਕਿ ਲਗਭਗ ਇੰਡੀਆ ਦੇ 3260 ਕਰੋੜ ਰੁਪਏ ਬਣਦੀ ਹੈ। ਪਰ ਇਸ ਰਕਮ ਤੋਂ ਵੀ ਕਿਤੇ ਜ਼ਿਆਦਾ ਵੱਧ ਰਕਮ ਇਹਨਾਂ ਨੇ ਆਪਣੀ ਐਕਸ ਵਾਈਫ ਨੂੰ ਡਿਵੋਰਸ ਦੀ ਸੈਟਲਮੈਂਟ ਦੇ ਵਿੱਚ ਦਿੱਤੀ ਸੀ। ਹਾਂਜੀ, ਸ਼ੇਖ ਮੁਹੰਮਦ ਬਿਨ ਰਾਸ਼ਿਦ ਦੇ ਸ਼ਾਹੀ ਖਰਚੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹਨ। ਸ਼ੇਖ ਦੀ ਸਭ ਤੋਂ ਛੋਟੀ ਪਤਨੀ ਪ੍ਰਿੰਸ ਹਾਇਆ ਨੇ ਯੂਕੇ ਦੀ ਇੱਕ ਕੋਰਟ ਦੇ ਵਿੱਚ ਡਿਵੋਰਸ ਸੈਟਲਮੈਂਟ ਦੇ ਲਈ ਸ਼ੇਖ ਤੋਂ 1 ਬਿਲੀਅਨ ਪਾਉਂਡ ਮੰਗੇ ਸਨ। 2 ਸਾਲ ਯੂਕੇ ਦੀ ਕੋਰਟ ਦੇ ਵਿੱਚ ਕੇਸ ਚੱਲਣ ਤੋਂ ਬਾਅਦ ਉਸ ਕੋਰਟ ਨੇ ਸ਼ੇਖ ਦੇ ਵਿਰੁੱਧ ਆਪਣਾ ਫੈਸਲਾ ਦਿੱਤਾ। ਯੂਕੇ ਦੀ ਕੋਰਟ ਨੇ ਸ਼ੇਖ ਨੂੰ ਕਿਹਾ ਕਿ ਉਹ ਡਿਵੋਰਸ ਸੈਟਲਮੈਂਟ ਦੇ ਲਈ ਆਪਣੀ ਐਕਸ ਵਾਈਫ ਨੂੰ 550 ਮਿਲੀਅਨ ਪਾਉਂਡ ਦੇਵੇ। ਇਹ ਰਕਮ ਭਾਰਤੀ ਕਰੰਸੀ ਦੇ ਵਿੱਚ ਲਗਭਗ 53,000 ਕਰੋੜ ਦੇ ਬਰਾਬਰ ਬਣਦੀ ਹੈ। ਇਸੇ ਦੌਰਾਨ ਪ੍ਰਿੰਸ ਹਾਇਆ ਨੇ ਕੋਰਟ ਨੂੰ ਦੱਸਿਆ ਕਿ ਜਦੋਂ ਉਹ ਦੁਬਈ ਦੇ ਵਿੱਚ ਰਹਿੰਦੀ ਸੀ ਉਦੋਂ ਉਸਦੇ ਕੋਲ ਹੱਦ ਤੋਂ ਜ਼ਿਆਦਾ ਪੈਸੇ ਹੁੰਦੇ ਸਨ। ਮਤਲਬ ਉਹ ਜੋ ਚਾਹੁੰਦੀ ਖਰੀਦ ਸਕਦੀ ਸੀ ਤੇ ਆਪਣਾ ਪੈਸਾ ਜਿੱਥੇ ਚਾਹੇ ਉਡਾ ਸਕਦੀ ਸੀ। ਉਹਨਾਂ ਨੇ ਕੋਰਟ ਨੂੰ ਦੱਸਿਆ ਕਿ ਉਹਨਾਂ ਇਕੱਲਿਆਂ ਦੇ ਕੋਲ ਹੀ ਦੁਬਈ ਦੇ ਵਿੱਚ 15 ਤੋਂ 20 ਲਗਜ਼ਰੀ ਮੈਸ਼ਨ ਸਨ, ਇੱਕ ਸੁਪਰ ਯਾਟ ਅਤੇ ਇੱਕ ਪ੍ਰਾਈਵੇਟ ਜੈਟ ਸੀ। ਇਹਨਾਂ ਸਭ ਚੀਜ਼ਾਂ ਤੋਂ ਇਲਾਵਾ ਪ੍ਰਿੰਸ ਹਾਇਆ ਨੂੰ 100 ਮਿਲੀਅਨ ਡਾਲਰ ਹਰ ਸਾਲ ਪੈਲਸ ਦੇ ਖਰਚੇ ਦੇ ਲਈ ਦਿੱਤੇ ਜਾਂਦੇ ਸਨ ਤੇ ਉਹਨਾਂ ਨੂੰ ਹਰ ਸਾਲ ਸ਼ਾਪਿੰਗ ਕਰਦੇ ਲਈ 11 ਮਿਲੀਅਨ ਡਾਲਰ ਮਿਲਦੇ ਸਨ। ਮਤਲਬ ਕਿ ਸਿਰਫ ਸ਼ਾਪਿੰਗ ਦੇ ਲਈ ਹੀ 85 ਕਰੋੜ ਰੁਪਏ ਹਰ ਸਾਲ, ਉਹ ਵੀ ਇੱਕ ਪਤਨੀ ਦੇ ਲਈ। ਇਹ ਸੀ ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਦੂਬ ਦੇ ਬਾਰੇ ਕੁਝ ਰੌਚਕ ਜਾਣਕਾਰੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ।